ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ। ਇਹ ਭਾਈ, ਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ 'ਤੇ ਹੀ ਚੰਗੀ ਕਿਰਿਆ ਹੈ। ਕਹੋ ਨਾਨਕ, ਇੱਕ ਰਾਮ ਨਾਮ ਬਿਨ ਅਵਰ ਸਿਆਗ ਬਿਦ ਊਰੀ। ਹੇ ਨਾਨਕ ਆਖ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਹਰੇਕ ਜੀਵਨ ਢੰਗ ਅਧੂਰਾ ਹੈ। ਸਾਰੰਗ ਮਹੱਲਾ ਪੰਜਵਾਂ। ਰਾਗ ਸਾਰੰਗ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸਾਚੇ ਸਤਿਗੁਰੂ ਦਾਤਾਰਾ, ਹੇ ਸਦਾ ਕਾਇਮ ਰਹਿਣ ਵਾਲੇ, ਹੇ ਸਤਿਗੁਰੂ, ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ, ਦਰਸ਼ਨ ਦੇਖ ਸਗਲ ਦੁੱਖ ਨਾਸਹਿ ਹੈ, ਚਰਨ ਕਮਲ ਬਲਹਾਰਾ। ਰਹਾਉ, ਤੇਰਾ ਦਰਸ਼ਨ ਕਰਕੇ ਜੀਵ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਸਤ ਪਰਮੇਸ਼ਰ ਸਤ ਸਾਧ ਜਨ ਨਿਹਚਲ ਹਰ ਕਾ ਨਾਉ। ਹੇ ਭਾਈ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸਦੇ ਸੰਤ ਜਨ ਅਟਲ ਜੀਵਨ ਵਾਲੇ ਹੁੰਦੇ ਹਨ। ਹੇ ਭਾਈ, ਪਰਮਾਤਮਾ ਦਾ ਨਾਮ ਅਟਲ ਰਹਿਣ ਵਾਲਾ ਹੈ। ਭਗਤ ਭਾਵਣੀ ਪਾਰ ਬ੍ਰਹਮ ਕੀ ਅਭਿਨਾਸੀ ਗੁਣ ਗਾਓ। ਹੇ ਭਾਈ, ਪੂਰੀ ਸ਼ਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਉਸ ਕਦੇ ਨਾ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ ਗਾਇਆ ਕਰੋ। ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ। ਹੇ ਨਾਨਕ, ਪਰਮਾਤਮਾ ਅਪਹੁੰਚ ਹੈ, ਉਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਉਹ ਕਿੱਡਾ ਵੱਡਾ ਹੈ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ। ਨਾਨਕ ਵਾਹ ਵਾਹ ਕਹੋ ਤਾਂ ਕਹੋ ਜਾ ਕਾ ਅੰਤ ਨਾ ਪਾਰ। ਹੇ ਭਾਈ, ਉਸ ਪ੍ਰਭੂ ਦੀ ਸਿਫਤਸਲਾਹ ਕਰਿਆ ਕਰੋ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਗੁਣਾਂ ਦਾ ਪਰਲਾ ਬੰਨਾ ਨਹੀਂ ਲੱਭ ਸਕਦਾ। ਸਾਰੰਗ ਮਹੱਲਾ ਪੰਜਵਾਂ। ਰਾਗ ਸਾਰੰਗ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਗੁਰ ਕੇ ਚਰਨ ਬਸੇ ਮਨ ਮੇਰਾ। ਹੇ ਭਾਈ, ਜਦੋਂ ਤੋਂ ਗੁਰੂ ਦੇ ਚਰਨ ਮੇਰੇ ਮਨ ਵਿੱਚ ਵਸ ਪਏ ਹਨ। ਪੂਰ ਰਹੋ ਠਾਕੁਰ ਸਭ ਥਾਈ, ਨਿਕਟ ਬਸੈ ਸਭ ਨੇਰੈ। ਰਹਾਓ, ਮੈਨੂੰ ਨਿਸ਼ਚੈ ਹੋ ਗਿਆ ਹੈ ਕਿ ਮਾਲਕ ਪ੍ਰਭੂ ਸਭਨੀ ਥਾਈਂ ਵਿਆਪਕ ਹੈ, ਮੇਰੇ ਨੇੜੇ ਵਸ ਰਿਹਾ ਹੈ, ਸਭਨਾ ਦੇ ਨੇੜੇ ਵਸ ਰਿਹਾ ਹੈ। ਬੰਧਨ ਤੋਰ ਰਾਮ ਲਿਵ ਲਾਈ, ਸੰਤ ਸੰਗ ਬਨ ਆਈ। ਹੇ ਭਾਈ, ਜਦੋਂ ਤੋਂ ਗੁਰੂ ਨਾਲ ਮੇਰਾ ਪਿਆਰ ਪਿਆ ਹੈ, ਉਸਨੇ ਮੇਰੇ ਮਾਇਆ ਦੇ ਮੋਹ ਦੇ ਬੰਧਨ ਤੋੜ ਕੇ ਮੇਰੀ ਸੁਰਤ ਪਰਮਾਤਮਾ ਨਾਲ ਜੋੜ ਦਿੱਤੀ ਹੈ। ਜਨਮ ਪਦਾਰਥ ਭਇਓ ਪੁਨੀਤਾ, ਇੱਛਾ ਸਗਲ ਪੁਜਾਈ। ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ, ਗੁਰੂ ਨੇ ਮੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰ ਦਿੱਤੀਆਂ ਹਨ। ਜਾ ਕੋ ਕਿਰਪਾ ਕਰੋ ਪ੍ਰਭ ਮੇਰੇ, ਸੋ ਹਰ ਕਾ ਜਸ ਗਾਵੈ। ਹੇ ਮੇਰੇ ਪ੍ਰਭੂ, ਤੂੰ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ, ਉਹ ਹੇ ਹਰੀ ਤੇਰੀ ਸਿਫਤਸਲਾਹ ਦਾ ਗੀਤ ਗਾਉਂਦਾ ਰਹਿੰਦਾ ਹੈ। ਆਠ ਪਹਿਰ ਗੋਬਿੰਦ ਗੁਣ ਗਾਵੈ, ਜਨ ਨਾਨਕ ਸਦ ਬਲ ਜਾਵੈ। ਹੇ ਭਾਈ,
ਜਿਹੜਾ ਮਨੁੱਖ ਅੱਠੇ ਪਹਿਰ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ। ਸਾਰੰਗ ਮਹੱਲਾ ਪੰਜਵਾਂ। ਰਾਗ ਸਾਰੰਗ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਜੀਵਨ ਤੋ ਗਣੀਐ ਹਰ ਭੇਖਾ। ਹੇ ਭਾਈ, ਜੇ ਮੈਂ ਇਸੇ ਮਨੁੱਖਾ ਜਨਮ ਵਿੱਚ ਪਰਮਾਤਮਾ ਦਾ ਦਰਸ਼ਨ ਕਰ ਸਕਾਂ ਤਦੋਂ ਹੀ ਮੇਰਾ ਇਹ ਅਸਲ ਮਨੁੱਖਾ ਜੀਵਨ ਸਮਝਿਆ ਜਾ ਸਕਦਾ ਹੈ। ਕਰੋ ਕਿਰਪਾ ਪ੍ਰੀਤਮ ਮਨਮੋਹਨ, ਫੋਰ ਭਰਮ ਕੀ ਰੇਖਾ। ਰਹਾਓ ਹੇ ਪ੍ਰੀਤਮ ਪ੍ਰਭੂ, ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ, ਮੇਰੇ ਮਨ ਵਿੱਚੋਂ ਪਿਛਲੇ ਜਨਮਾਂ ਦੇ ਭਟਕਣਾ ਦੇ ਸੰਸਕਾਰ ਦੂਰ ਕਰ। ਕਹਿਤ ਸੁਨਤ ਕਿਛ ਸ਼ਾਂਤ ਨਾ ਉਪਜਤ, ਬਿਨ ਵਿਸਾਸ ਕਿਆ ਸੇਖਾਂ। ਹੇ ਭਾਈ, ਨਿਰੇ ਆਖਣ ਸੁਣਨ ਨਾਲ ਮਨੁੱਖ ਦੇ ਮਨ ਵਿੱਚੋਂ ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ। ਸ਼ਰਧਾ ਤੋਂ ਬਿਨਾਂ ਜ਼ੁਬਾਨੀ ਆਖਣ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ। ਪ੍ਰਭੂ ਤਿਆਗ ਆਨ ਜੋ ਚਾਹਤ, ਤਾਂ ਕਹਿ ਮੁਖ ਲਾਗੈ ਕਾਲੇਖਾ। ਜਿਹੜਾ ਮਨੁੱਖ ਜ਼ਬਾਨੀ ਤਾਂ ਗਿਆਨ ਦੀਆਂ ਬਥੇਰੀਆਂ ਗੱਲਾਂ ਕਰਦਾ ਹੈ, ਪਰ ਪ੍ਰਭੂ ਨੂੰ ਭੁਲਾ ਕੇ ਹੋਰ ਹੋਰ ਪਦਾਰਥ ਲੋੜਦਾ ਰਹਿੰਦਾ ਹੈ। ਉਸ ਦੇ ਮੱਥੇ ਉੱਤੇ ਮਾਇਆ ਦੇ ਮੋਹ ਦੀ ਕਾਲਖ ਲੱਗੀ ਰਹਿੰਦੀ ਹੈ। ਜਾ ਕੈ ਰਾਸ ਸਰਬ ਸੁਖ ਸੁਆਮੀ, ਆਨ ਨ ਮਾਨਤ ਭੇਖਾ। ਹੇ ਭਾਈ, ਜਿਸ ਮਨੁੱਖ ਦੇ ਹਿਰਦੇ ਵਿੱਚ ਸਾਰੇ ਸੁੱਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੈ, ਉਹ ਹੋਰ ਵਿਖਾਵੇ ਦੇ ਧਾਰਮਿਕ ਭੇਖਾਂ ਨੂੰ ਨਹੀਂ ਮੰਨਦਾ ਫਿਰਦਾ। ਨਾਨਕ ਦਰਸ ਮਗਨ ਮਨ ਮੋਹਿਓ, ਪੂਰਨ ਅਰਥ ਵਿਸੇਖਾ। ਹੇ ਨਾਨਕ ਆਖ, ਉਹ ਤਾਂ ਪ੍ਰਭੂ ਦੇ ਦਰਸ਼ਨ ਵਿੱਚ ਮਸਤ ਰਹਿੰਦਾ ਹੈ, ਉਸਦਾ ਮਨ ਪ੍ਰਭੂ ਦੇ ਦਰਸ਼ਨ ਨਾਲ ਮੋਹਿਆ ਜਾਂਦਾ ਹੈ। ਪ੍ਰਭੂ ਦੀ ਕਿਰਪਾ ਨਾਲ ਉਸਦੀਆਂ ਸਾਰੀਆਂ ਲੋੜਾਂ ਉਚੇਚੀਆਂ ਹੁੰਦੀਆਂ ਰਹਿੰਦੀਆਂ ਹਨ। ਸਾਰੰਗ ਮਹੱਲਾ ਪੰਜਵਾਂ। ਰਾਗ ਸਾਰੰਗ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸਿਮਰਨ ਰਾਮ ਕੋ ਇੱਕ ਨਾਮ। ਹੇ ਭਾਈ, ਜੇ ਸਿਰਫ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ। ਕਲ ਮਲ ਦਗਦ ਹੋਏ ਖਿਨ ਅੰਤਰ, ਕੋਟ ਦਾਨ ਇਸਨਾਨ। ਰਹਾਓ ਤਾਂ ਇੱਕ ਖਿਨ ਵਿੱਚ ਜੀਵ ਦੇ ਸਾਰੇ ਪਾਪ ਸੜ ਜਾਂਦੇ ਹਨ। ਉਸ ਨੂੰ ਮਾਨੋ ਕਰੋੜਾਂ ਦਾਨ ਅਤੇ ਤੀਰਥ ਇਸ਼ਨਾਨ ਕਰਮ ਦਾ ਫਲ ਮਿਲ ਗਿਆ। ਆਨ ਜੰਜਾਰ ਬਿਰਥਾ ਸ਼ਰਮ ਘਾਲਤ, ਬਿਨ ਹਰ ਫੋਕਟ ਗਿਆਨ। ਹੇ ਭਾਈ, ਜੇ ਮਨੁੱਖ ਮਾਇਆ ਦੇ ਹੀ ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ ਦੌੜ ਕਰਦਾ ਰਹਿੰਦਾ ਹੈ ਅਤੇ ਹਰ ਨਾਮ ਨਹੀਂ ਸਿਮਰਦਾ, ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਿਰੀਆਂ ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ। ਜਨਮ ਮਰਨ ਸੰਕਟ ਤੇ ਛੁੱਟੈ, ਜਗਦੀਸ਼ ਭਜਨ ਸੁਖ ਧਿਆਨ। ਜਦੋਂ ਮਨੁੱਖ ਪਰਮਾਤਮਾ ਦੇ ਭਜਨ ਦੇ ਆਨੰਦ ਵਿੱਚ ਸੁਰਤ ਜੋੜਦਾ ਹੈ, ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ। ਤੇਰੀ ਸਰਣ ਪੂਰਨ ਸੁਖ ਸਾਗਰ, ਕਰ ਕਿਰਪਾ ਦੇਵੋ ਦਾਨ। ਹੇ ਸੁੱਖਾਂ ਦੇ ਸਮੁੰਦਰ ਪ੍ਰਭੂ, ਹੇ ਪੂਰਨ ਪ੍ਰਭੂ, ਮੈਂ ਤੇਰੀ ਸ਼ਰਨ ਆਇਆ ਹਾਂ, ਮਿਹਰ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਦੇ। ਸਿਮਰ ਸਿਮਰ ਨਾਨਕ ਪ੍ਰਭ ਜੀਵੈ, ਬਿਨ ਸਜਾਏ ਅਭਿਮਾਨ। ਹੇ ਨਾਨਕ ਆਖ,
ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ ਅਤੇ ਮਨ ਵਿੱਚੋਂ ਅਹੰਕਾਰ ਨਾਸ ਹੋ ਜਾਂਦਾ ਹੈ। ਸਾਰੰਗ ਮਹੱਲਾ ਪੰਜਵਾਂ। ਰਾਗ ਸਾਰੰਗ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਧੂਰਤ ਸੋਈ ਜੇ ਧੁਰ ਕੋ ਲਾਗੈ। ਹੇ ਭਾਈ, ਉਹੀ ਮਨੁੱਖ ਅਸਲ ਚਤਰ ਹੈ ਜਿਹੜਾ ਜਗਤ ਦੇ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਸੋਈ ਧੁਰੰਦਰ ਸੋਈ ਬਸੁੰਦਰ, ਹਰ ਏਕ ਪ੍ਰੇਮ ਰਸ ਭਾਗੈ ਰਹਾਉ। ਉਹੀ ਮਨੁੱਖ ਮੁਖੀ ਹੈ, ਉਹੀ ਮਨੁੱਖ ਧਨੀ ਹੈ ਜਿਹੜਾ ਸਿਰਫ ਪਰਮਾਤਮਾ ਦੇ ਪਿਆਰ ਰਸ ਵਿੱਚ ਮਸਤ ਰਹਿੰਦਾ ਹੈ। ਬਲਬੰਚ ਕਰੈ ਨਾ ਜਾਣੈ ਲਾਭੈ, ਸੋ ਧੂਰਤ ਨਹੀਂ ਮੂੜਾ। ਪਰ ਹੇ ਭਾਈ, ਜਿਹੜਾ ਮਨੁੱਖ ਹੋਰਨਾਂ ਨਾਲ ਠੱਗੀਆਂ ਕਰਦਾ ਹੈ ਉਹ ਆਪਣਾ ਅਸਲ ਲਾਭ ਨਹੀਂ ਸਮਝਦਾ, ਉਹ ਚਤੁਰ ਨਹੀਂ ਉਹ ਮੂਰਖ ਹੈ। ਸਵਾਰਥ ਤਿਆਗ ਅਸਾਰਥ ਰਚਿਓ, ਨਹਿ ਸਿਮਰੈ ਪ੍ਰਭ ਰੂੜਾ। ਉਹ ਆਪਣੀ ਅਸਲ ਗਰਜ ਛੱਡ ਕੇ ਘਾਟੇ ਵਾਲੇ ਕੰਮ ਵਿੱਚ ਰੁੱਝਾ ਰਹਿੰਦਾ ਹੈ ਕਿਉਂਕਿ ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ। ਸੋਈ ਚਤੁਰ ਸਿਆਣਾ ਪੰਡਤ, ਸੋ ਸੂਰਾ ਸੋ ਦਾਨਾ। ਹੇ ਭਾਈ, ਉਹੀ ਮਨੁੱਖ ਚਤੁਰ ਅਤੇ ਸਿਆਣਾ ਹੈ, ਉਹੀ ਮਨੁੱਖ ਪੰਡਤ ਸੂਰਮਾ ਅਤੇ ਦਾਨਾ ਹੈ। ਸਾਧ ਸੰਗ ਜਿਨ ਹਰ ਹਰ ਜਪਿਓ, ਨਾਨਕ ਸੋ ਪਰਵਾਨਾ। ਜਿਸਨੇ ਸਾਧ ਸੰਗਤ ਵਿੱਚ ਟਿਕ ਕੇ ਹਰ ਨਾਮ ਜਪਿਆ ਹੈ, ਹੇ ਨਾਨਕ, ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।